ਇੱਥੇ ਜਿਨ ਚੜੇਲ ਵੀ ਹੋ ਸਕਣਾ ਕੋਈ ਬੜੀ ਗੱਲ ਕੌਣ। ਆਏ ਓਏ ਤੱਕੋ, ਹਾਂ ਇੱਕ ਸਾਈਡੂ ਅੱਧਾ ਤੋਂ ਜ਼ਿਆਦਾ ਹੋ ਗਿਆ ਨੇ ਬਾਂਸ। ਕਿਨਾਂ ਗਾ ਰਿਹਾ ਅੰਦਰ ਜਨਾਬ, ਇਹ ਸੁਰੰਗ ਜਾਈ ਰਹੀ ਹੈ, ਸੁਰੰਗ ਨੇ ਵਿੱਚ ਹੀ ਸੈਣਾ ਪਏ ਸੀ। ਗੂੜ ਜਿਹੜੀ ਹੈ ਨਾ ਸ਼ੀਸ਼ੇ ਨਾਲੋਂ ਜ਼ਿਆਦਾ ਇੰਨੀ ਖੂਬਸੂਰਤੀ ਹੋ ਸੀ, ਅੱਲਾਹ ਪਾਕ ਖੈਰ ਕੀਤੀ। ਅਸਲਾਮ ਅਲੈਕੁਮ ਜੀ, ਉਮੀਦ ਕਰਨਾ ਸੋ ਸਾਰੇ ਵਾਲੋ ਸੋ ਮਿਹਰਫਾਨ ਜ਼ਫਰ, ਤੁਸੀਂ ਤੱਕ ਰਹੋ ਕਸ਼ਮੀਰ ਟੀ ਵੀ। ਜਨਾਬ ਜਿਸ ਤੁਹਾਨੂੰ ਕੀ ਪਤਾ, ਲਾਸਟ ਵੀਡੀਓ ਸਾ ਤੱਕ ਉਸ ਸ਼ੀਸ਼ਾ ਟੁੱਟੀ ਗਿਆ, ਨਵਾਂ ਛੱਤਾਂ ਨਾਲ ਸਾ ਫਰੇਮ ਬਣਾਈ ਛੋੜਿਆ, ਔਰ ਅੱਜ ਰਾਤ ਸਾਰੀ ਮੈਂ ਕੋਮੈਂਟਸ ਪੜ੍ਹਨਾ ਰਿਹਾ ਤੁਸਾਂ ਸਭਾਂ ਨੇ। ਉਹਨਾਂ 'ਚੋਂ ਇੱਕ ਕੋਮੈਂਟ ਜਿਹੜਾ ਨੇ ਮੈਨੂੰ ਬੜਾ ਪਸੰਦ ਆਇਆ ਵੈ, ਕਿ ਇਹ ਛੱਤ ਇੱਥੇ ਕੀ ਲਿਜਾਉਣਾ ਚਾਹੀਦਾ, ਕਾਫੀ ਦੋਸਤਾਂ ਸੁਜੈਸਟ ਕੀਤਾ। ਔਰ ਇੱਕ ਸੁਜੈਸ਼ਨ ਹੈ ਨਾ ਜਿਹੜੀ ਮੈਨੂੰ ਬੜੀ ਪਸੰਦ ਆਈ, ਆਈਡੀਆ ਪਸੰਦ ਆਇਆ, ਉਸ ਆਈਡੀਆ ਪਰ ਅੱਜ ਕੰਮ ਕਰ ਸਾਂ। ਜੁਲਨੇ ਅਗਾਰਿਆਂ ਨੇ ਪਰ ਇਨਸ਼ਾਅੱਲਾ ਤਾਂ ਤੁਸਾਂ ਕੀ ਦੱਸ ਰਿਹਾ ਕਿ ਹੁਣ ਯੂਨੀਕ ਸਟਾਈਲ ਨਾਲ ਉੱਥੇ ਛੱਤ ਕਿਸ ਤਰ੍ਹਾਂ ਬਣ ਸੀ ਜਨਾਬ, ਆਓ ਤਾਂ ਤੱਕੋ। ਚਲੋ ਜੀ ਮਾਸ਼ਾਅੱਲਾ ਅਗਾਰਿਆਂ ਪੁੱਜੀ ਆਇਆ, ਧੁੱਪ ਤਾਂ ਕਾਫੀ ਚਮੂਟਣੀ ਹੈ ਪੀ, ਲੇਕਿਨ ਕਿਆ ਕਰੀਏ, ਹੁਣ ਕਿਆ ਹੋ ਸਕਣਾ ਵੈ। ਆਈਡੀਆ ਮੈਨੂੰ ਬੜਾ ਪਸੰਦ ਆਇਆ, ਪਹਿਲੇ ਹੀ ਮੈਂ ਸੋਚੀ ਰਿਹਾ ਸੀ ਇਸਨੇ ਅੱਪਰ ਕਦਾ ਸਾਰੇ ਬਾਂਸ ਲਾਈ ਛੋੜਾਂ ਦੋਵਾਂ ਸਾਈਡ, ਤਾਂ ਬਾਂਸਾਂ ਕੀ ਬਾਅਦ ਜਿਹੜਾ ਵੈ ਨਾ ਗਾਰਾ ਔਰ ਸੀਮਟ ਔਰ ਪੋਸ਼ ਉਹ ਮਿਕਸ ਕਰੀ ਗਿਆ ਵਿੱਚ, ਤਾਂ ਲਪਾਈ ਕਰੀ ਛੋੜਾਂ, ਅਤੇ ਇਹ ਇੱਕ ਬੜਾ ਮਜ਼ਬੂਤ ਜਿਹਾ ਛੱਤ ਬਣੀ ਗਿਆ ਸੀ। ਫਰੇਮ ਤਾਂ ਇਹ ਤੱਕ ਨੇ ਉਸੋ ਬਣੀ ਗਿਆ ਵੈ, ਅਤੇ ਲਿਹਾਜ਼ਾ ਇਸਨੇ ਆਪਾਂ ਸ਼ਟਰ ਲਾਉਣੇ ਨੇ, ਬਜਾਏ ਨੇ ਸ਼ਟਰ ਫਿਰ ਹੋ ਸਕਣਾ ਉਡਰੀ ਜਾਣ, ਅਸਾਂ ਇਸਨੇ ਆਪਾਂ ਟੋਟਲ ਬਾਂਸਾਂ ਨਾਲ ਛੱਤ ਬਾਸਾਂ, ਔਰ ਯੂਨੀਕ ਸਟਾਈਲ ਨੇ ਵਿੱਚ ਤੁਸਾਂ ਕੀ ਦੱਸਣੇ ਆ ਕਿ ਬਾਂਸਾਂ ਨਾਲ ਕਿਸ ਤਰ੍ਹਾਂ ਛੱਤ ਬਾਸਾਂ। ਇੱਧਰ ਅਗਰ ਤਾਂ ਕੋ ਸਾਂ ਤਾਂ ਬਾਂਸ ਸਾਰੇ ਜਿਹੜਾ ਨਾ ਐਦਾ ਇੰਨਾ ਆ ਐਦਾ ਹੁਣ ਹੀ ਨਾ ਕੋਈ ਕੱਪੀ ਕਿਆ ਟੁੱਕੀ ਕਿਆ ਬਾਂਸਾਂ ਕੀ ਵਨ ਬਾਈ ਵਨ ਕਰੀਏ ਬਾਂਸ ਜੋੜਨੇ ਜੋੜਨੇ ਜੋੜਨੇ, ਜਿਸ ਤਰ੍ਹਾਂ ਇਹ ਛੱਤ ਹੈ ਨਾ ਇਹ ਸਾਰੇ ਕੀ ਇਨਸ਼ਾਅੱਲਾ ਕਵਰ ਕਰਨੇ ਆ, ਤਾਂ ਤੁਸਾਂ ਕੀ ਦੱਸਣੇ ਆ ਯਾਰ ਬਾਂਸਾਂ ਨੇ ਨਾਲ ਬਾਂਸ ਅਟੈਚ ਹੋ ਸੀ ਨਾ, ਤਾਂ ਇਨਸ਼ਾਅੱਲਾ ਇਹ ਛੱਤ ਬਣਨਾ ਜਾ ਸੀ। ਨਜ਼ਰ ਮਾਰੋ, ਹਾਂ ਜਨਾਬ ਨਜ਼ਰ ਮਾਰੋ, ਹੁਣ ਛੱਤਾਂ ਨੇ ਡਿਜ਼ਾਈਨਿੰਗ ਕੀ ਇਸ ਤਰ੍ਹਾਂ ਸਾ ਕੱਪੀ ਕੱਪੀ ਪਹਿਲੇ ਪੇ ਬਰਾਬਰ ਕਰਨ ਲੱਗੇ ਵੇ ਹਾਂ। ਬਰਾਬਰ ਕਰਨੇ ਤੋਂ ਬਾਅਦ ਜਨਾਬ ਵਾਲਾ ਫਿਰ ਇਹਨਾਂ ਕੀ ਨਾ ਸਕਰੂ ਲਾਸਾਂ, ਛੱਤ ਜਿਹੜਾ ਨਾ ਬੇਸਿਕਲੀ ਇਸ ਤਰ੍ਹਾਂ ਹੋ ਸੀ ਜਨਾਬ, ਹੁਣ ਜਿਹੜੀ ਹੈ ਨਾ ਸ਼ੀਸ਼ੇ ਨਾਲੋਂ ਜ਼ਿਆਦਾ ਇੰਨੀ ਖੂਬਸੂਰਤੀ ਹੋ ਸੀ, ਅੱਲਾਹ ਪਾਕ ਖੈਰ ਕੀਤੀ। ਹਰ ਇੱਕ ਬਾਂਸਾ ਕੀ ਅਸਾਂ ਰੱਖੀ ਕਿਆ ਤਾਂ ਬਰਾਬਰ ਪੇ ਕੱਟਣ ਲੱਗੇ ਵੇ, ਇਹਨਾਂ ਬਾਂਸਾਂ ਜਿਹਾ ਗੈਪ ਰਹੇ ਸੀ ਨਾ ਉਹ ਬਾਅਦ ਹੀ ਗਾਰੇ ਨਾਲ ਫਿਲ ਹੋਈ ਗਿਆ ਸੀ ਸਾਰਾ ਸਾਰਾ। ਮੌਸਮ ਥੋੜ੍ਹਾ ਗਰਮ ਹੋਈ ਗਿਆ ਵੈ, ਅਤੇ ਅਗਰ ਮੌਸਮ ਹੋਣਾ ਸਰਦੀਆਂ ਦਾ ਬੜਾ ਮਜ਼ਾ ਅੱਛਾ ਰਲ ਕੰਮ ਹੈ ਨਾ।
ਇਹ ਅਸਾਂ ਕੀ ਕਿ ਬਾਂਸ ਜਿਹੜਾ ਵਾ ਨਾ ਇਹ ਉਸ ਸਾਈਜ਼ਾਂ ਨੇ ਉੱਪਰ ਬਣਾਉਣਾ ਪਏ ਸੀ ਪਹਿਲੇ, ਤਾਂ ਫਿਰ ਜਾ ਕੇ ਅਸੀਂ ਸਕਰੂ ਲੱਗ ਸਨ। ਇਹ ਤਾਂ ਕੋ ਨਾ ਦੇਖਣ ਯਕੀਨਨ ਜਿਲ੍ਹਾ ਇਹ ਤਿਆਰ ਹੋ ਸੀ ਨਾ ਮਾਸ਼ਾ ਅੱਲਾ ਬਹੁਤ ਹੀ ਖੂਬਸੂਰਤ ਹੋ ਸੀ, ਬਹੁਤ ਜ਼ਿਆਦਾ ਬਾਂਸ ਲੱਗ ਸਨ ਸੀ ਥੋੜ੍ਹੇ ਜਿਹੇ ਨਹੀਂ, ਲੇਕਿਨ ਅਲਹਮਦੁਲਿਲਾ ਸਾਨੂੰ ਕਾਫੀ ਸਟਾਕ ਹੈ ਬਾਂਸਾਂ ਦਾ। ਤਾਂ ਹਾਂ ਇੱਕ ਸਾਈਡੂ ਅੱਧਾ ਤੋਂ ਜ਼ਿਆਦਾ ਹੋ ਗਿਆ ਨੇ ਬਾਂਸ, ਠੀਕ ਹੈ, ਲੇਕਿਨ ਹਾਲੇ ਬਹੁਤ ਸਾਰਾ ਕੰਮ ਰਹਿ ਗਿਆ ਵਾ, ਥੋੜ੍ਹਾ ਜਿਹਾ ਵੀ ਨਹੀਂ। ਹੁਣ ਅਸਾਂ ਕਿ ਬਾਂਸ ਹੋਰ ਆਣਨੇ ਪੈ ਸਨ ਘਰੋਂ, ਕਿਉਂਕਿ ਇਤਨੇ ਜ਼ਿਆਦਾ ਬਾਂਸ ਅਸਾਂ ਸਕੂਟਰ ਭਰੀਕਿਆ ਵਾਰਾ ਚਾਣ ਹੀ ਨਾ ਸਕਣੇ, ਤਾਂ ਲੇਕਿਨ ਉਮੀਦ ਹੈ ਕਿ ਇਨਸ਼ਾਅੱਲਾ ਸ਼ਾਮ ਤੱਕ ਇਹ ਫਾਈਨਲ ਕਰੀ ਖੜਸਾਂ ਅਸਾਂ ਕੰਮ। ਔਰ ਤੱਕ ਉਹ ਕਿਤਨਾ ਖੂਬਸੂਰਤ ਪੇ ਲੱਗਣ ਲੱਗੇ, ਲੇਕਿਨ ਦਮਾ ਸਾਡੂ ਇਹ ਬਾਂਸ ਜੁੜੀ ਗਏ ਲੱਗੀ ਗਏ ਉਹਲਾ ਇਹਨਾਂ ਨੇ ਖੂਬਸੂਰਤੀ ਨਹੀਂ ਕਿਹਾ ਹੀ ਬਾਤ ਹੋ ਸੀ ਜਨਾਬ। ਵਾਪਸ ਜਨਾਬ ਅਸਾਂ ਆਪਣੇ ਘਰ ਆਏ ਹਾਂ, ਕਿਉਂ ਕਿ ਅਸਾਂ ਸੋਚਿਆ ਉੱਥੇ ਧੁੱਪ ਹੈ ਨਾਲੇ ਬਾਂਸਾਂ ਦਾ ਸਟਾਕ ਇੱਥੇ ਵੇ, ਇੱਥੋਂ ਇੱਕੇ ਵਾਰੀ ਅਸਾਂ ਕੱਪੀ ਕਿਆ ਨਾ ਸਾਰੇ ਉਸ ਸਾਈਜ਼ ਦੇ ਮੁਤਾਬਕ, ਤਾਂ ਬਾਂਸ ਖੜਸਾਂ ਇਨਸ਼ਾਅੱਲਾ, ਤਾਂ ਕਿ ਫਿਰ ਅਸਾਂ ਡਾਇਰੈਕਟ ਜਾ ਕੇ ਜੋੜਨੇ ਸ਼ੁਰੂ ਕਰੀ ਦੇਣਾ। ਦੇਖੋ ਜੀ ਮਾਸ਼ਾ ਅੱਲਾ ਸਾਰੇ ਬਾਂਸ ਕੱਪਣਗੇ, 44 ਬਾਂਸ ਕੱਪੇ ਨੇ, ਕੁਝ ਅੱਗੇ ਹੀ ਲਾਈ ਆਏ ਸਾਂ, ਕਿਆ ਕਿ ਇੱਥੇ ਸ਼ਾਮ ਸੀ ਆਰਾਮ ਨਾਲ ਅਸਾਂ ਕੋਠੀ 'ਚ ਬਹਿ ਕੇ ਨਾ, ਤਾਂ ਬਾਂਸਾਂ ਕਿ ਸਾਰੇ ਕੱਪਿਆ। ਹੁਣ ਇੱਥੋਂ ਬੰਸਾਂ ਤਾਂ ਸਿੱਧੇ ਜਨਾਬ ਵਾਲਾ ਸਾਡੀ ਜਿਹੜੀ ਗਾਰ ਹੈ ਨਾ ਉਹ ਦਿਸੀਏ ਕੁੱਥੇ ਵੈ, ਤਾਂ ਉੱਥੇ ਜੁਲਸਾਂ ਜਨਾਬ। ਲੱਕ ਵੀ ਤਰੁੱਟਣ ਲਾ, ਇਹ ਕੋਈ ਸੌਖਾ ਜਿਹਾ ਕੰਮ ਨਹੀਂ ਜਨਾਬ। ਇੱਕ ਤਾਂ ਇੱਥੇ ਧੁੱਪ ਨੇ ਵੀ ਰੰਗ ਚਿੱਟਾ ਕਰਨਾ ਪੈਣਾ ਆਪਣਾ ਇਹ ਜੇ ਕੰਮਾਂ 'ਚ, ਤਾਂ ਦੂਆ ਲੱਕਾਂ 'ਚ ਵੀ ਥੋੜ੍ਹੀ ਜਾਨ ਬਾਣੀ ਪੈਣੀ ਹੈ। ਬਹਰਹਾਲ ਅਲਹਮਦੁਲਿਲਾ ਸਾਡੇ ਬਾਂਸ ਪੁੱਜੀ ਆਏ ਨੇ, ਅਤੇ ਇੱਕ ਗੱਡਾ ਰਹੀ ਗਿਆ ਉਹ ਵੀ ਸਹੀ ਚਾੜਨੇ ਆ, ਅਤੇ ਫਿਰ ਅੱਛਾ ਅਤੇ ਇਨਸ਼ਾ ਅੱਲਾ ਤੱਕਣੇ ਜੋ ਕਿਸ ਤਰ੍ਹਾਂ ਪੁਰ ਕਰਨੇ ਆ। ਪਹਿਲੇ ਜਿਹੜਾ ਬਾਂਸ ਹੈ ਨਾ ਇਸੇ ਤਰ੍ਹਾਂ ਲਾਸਾ ਸਾਰੇ ਨੇ ਆਪਾਂ ਡਿਜ਼ਾਇਨ ਮੁਕੰਮਲ ਕਰਾਂ, ਫਿਰ ਇਹਨਾਂ 'ਚ ਪੱਕਾ ਕਰੀ ਗਿਆ ਲਾਸਾਂ। ਇੱਕ ਵਾਰ ਫਿਲ ਕਰੀ ਗਿਆ ਤੱਕੀ ਕਿ ਨਾ ਪੂਰੇ ਵੀ ਹੋਏ ਨੀ ਯਾ ਨੀ ਹੋਣ ਲੈ, ਤਾਂ ਜੰਗਲ ਵੀ ਚੀਰੀ ਸੱਟੀ ਗਿਆ ਮੈਂ, ਆਰ ਹੀ ਲੱਗੀ ਹੈ ਤਾਂ ਥੱਲੂ ਅੱਡੀ ਵੀ ਦਿਸਣ ਲਈ ਪਈ ਅੰਗਲੀ ਨੀ ਬਾਰਾ, ਇਹ ਤਾਂ ਫਿਰ ਕੰਮ ਹੋਣੇ ਨਾ ਇਹਨਾਂ ਕੰਮਾਂ ਨੇ ਵੀ। ਇਨਸ਼ਾਅੱਲਾ ਜਿਲ੍ਹਾ ਇਹ ਤਿਆਰ ਹੋਈ ਗਿਆ ਨਾ ਇਸ ਨੇ ਇੱਕ ਆਪਣੀ ਖੂਬਸੂਰਤੀ ਉਹ ਸੀ, ਔਰ ਬਹੁਤ ਹੀ ਮੈਂ ਸਮਝਦਾ ਸ਼ੀਸ਼ੇ ਨਾਲ ਜ਼ਿਆਦਾ ਇੰਨੀ ਖੂਬਸੂਰਤੀ ਉਹ ਸੀ। ਚਲੋ ਇੱਕ ਫਾਇਦਾ ਹੋ ਗਿਆ ਵੀ ਸ਼ੀਸ਼ੇ ਦੀ ਸ਼ੌਕ ਵੀ ਪੂਰੀ ਹੋ ਗਈ ਹੈ ਸਾਡੀ, ਤਾਂ ਬਾਰਿਸ਼ ਵੀ ਟੈਣੀ ਤੱਕੀ ਹੈ ਸ਼ੀਸ਼ੇ ਨੇ ਉੱਪਰ, ਆਰਾਮ ਤਾਂ ਆਈ ਗਿਆ ਨਾ ਸ਼ੀਸ਼ੇ ਬਣਾਈ ਗਿਆ ਤਰੇ। ਇੱਥੇ ਜਿਨ ਚੜੇਲ ਵੀ ਹੋਈ ਸਕਣਾ ਕੋਈ ਬੜੀ ਗੱਲ ਕੋਣ, ਜਿਸ ਨਾਲ ਇੱਥੇ ਡੇਰਾ ਹੋਇਆ ਹੋਵੇ। ਹਾਂ ਇੱਕ ਸਾਈਡ ਇਨਸ਼ਾਅੱਲਾ ਕਲੀਅਰ ਹੋਣੇ ਲਈ ਹੈ ਅੱਲਾ ਨੇ ਫਜ਼ਲ ਕਰਮ ਨਾਲ। ਜਿਹੜੀ ਇਸਦੀ ਡਿਜ਼ਾਇਨਿੰਗ ਹੈ ਇਸ ਤਰ੍ਹਾਂ ਇਹ ਮੁਕੰਮਲ ਹੋ ਸੀ, ਲੇਕਿਨ ਹਾਲੇ ਇਸ ਨੇ ਉੱਪਰ ਗਾਰਾ ਵੀ ਲੱਗ ਸੀ, ਤਾਂ ਹੁਣ ਮੈਂ ਨਟ ਵੀ ਲਾਉਣ ਲੱਗੇ ਹਾਂ ਇਸ ਕੀ, ਤਾਂ ਕਿ ਜਿਹੜਾ ਇਸ ਨਾਲ ਮੈਨ ਉਹ ਫਰੇਮ ਹੈ ਨਾ ਇਹ ਉਸਨੇ ਉੱਪਰ ਗ੍ਰਿਪ ਕਰਿਆ, ਬਾਅਦ ਹੀ ਫਿਰ ਇਸਨੇ ਉੱਪਰ ਤਾਂ ਗਾਰਾ ਖਲਸੀ, ਵੈਸੇ ਇਸਨੇ ਉੱਪਰ ਗਾਰਾ ਨਹੀਂ ਖਲਣ ਲਾ ਬਾਂਸਾਂ ਨੇ। ਤਾਂ ਤੱਕੋ ਹਾਂ ਮਾਸ਼ਾ ਅੱਲਾ ਕਿਤਨਾ ਖੂਬਸੂਰਤ ਲੱਗ ਸੀ ਜਿਲ੍ਹਾ ਇਹ ਤਿਆਰ ਹੋਈ ਗਿਆ। ਹੁਣ ਜਨਾਬ ਬਹੁਤ ਜ਼ਿਆਦਾ ਧੁੱਪ ਹੈ, ਤਾਂ ਅਸਾਂ ਆ ਗਏ ਡੈਮੇ ਕੋਲ, ਤੱਕਣੇ ਉਸ ਡੈਮੇ ਹੈ ਨਾ
ਪਾਣੀ ਕਿਤਨਾ ਸਪੀਡ ਨਾਲ ਆਈ ਰਿਹਾ ਵੈ ਤਾਂ ਯਕੀਨਨ ਸਾਡੇ ਚਸ਼ਮੇ ਵੀ ਸਾਰੇ ਜਿਹੜੇ ਨਾ ਇਹ ਬੰਦ ਹੋਈ ਗਏ ਨੇ। ਇੱਥੇ ਬੜਾ ਚਸ਼ਮਾ ਹੋਣਾ ਸੀ ਜਿਹੜਾ ਕਿ ਬੰਦ ਹੋਈ ਗਿਆ, ਇੱਥੇ ਮੈਂ ਸਵਿਮਿੰਗ ਪੂਲ ਬਣਾਉਣਾ ਸੀ ਲੇਕਿਨ ਚਲੋ ਸਵਿਮਿੰਗ ਪੂਲ ਵਾਲੀ ਖੁਆਇਸ਼ ਨਹੀਂ ਪੂਰੀ ਹੋਈ ਸਕੀ, ਨੈਵਰ ਮਾਇੰਡ। ਹੁਣ ਇਹ ਆਖਰੀ ਚਸ਼ਮਾ ਰਹੀ ਗਿਆ ਵੈ ਡੇਲੀ ਸਾਡੇ ਨਹਾਉਣੇ ਵਾਸਤੇ ਨਾ, ਐਦਾ ਜਿਸ 'ਚੋਂ ਪਾਣੀ ਪਿਆ ਨਿਕਲਣ ਲੱਗਿਆ ਤੱਕੋ ਹਾਂ ਨਜ਼ਰ ਮਾਰੋ। ਬਾਕੀ ਇੱਥੇ ਵੀ ਡੈਮ ਨਾਲ ਪਾਣੀ ਐਦਾ ਆਈ ਗਏ, ਡੈਮ ਨਾਲ ਪਾਣੀ ਹੈ ਸਾਰਾ ਬਾਹਰ ਤੋਂ ਬਹੁਤ ਜ਼ਿਆਦਾ ਤੇਜ਼ ਆ ਲਿਹਾਜ਼ਾ ਜੁਲਿਆ ਗਾਰਿਆ ਅੰਦਰ, ਕਿਉਂਕਿ ਗਾਰ ਇਸਲੇ ਜਿਹੜਾ ਨਾ ਬਹੁਤ ਹੀ ਜ਼ਿਆਦਾ ਠੱਡੀ ਹੈ। ਨਜ਼ਰ ਮਾਰੋ ਹਾਂ, ਮਾਸ਼ਾਅੱਲਾ ਮਾਸ਼ਾਅੱਲਾ। ਹੁਣ ਥੋੜ੍ਹੀ ਦੇਰ ਲੱਗ ਸਿੱਧਾ ਕਰੀ ਕਿ ਨਾ ਗਾਰਿਆ ਅੰਦਰ ਜਨਾਬ, ਇਹ ਉਹ ਸੁਰੰਗ ਜਾਈ ਹੈ, ਸੁਰੰਗ ਨੇ ਵਿੱਚ ਹੀ ਸੈਣਾ ਪਏ ਸੀ, ਹੋਰ ਕੋਈ ਹੱਲ ਨਹੀਂ, ਕੋ ਅੱਧਾ ਘੰਟਾ ਆਖ ਲਾਈ ਕੇ ਨਾ, ਕਿਉਂਕਿ ਬਾਹਰ ਬਹੁਤ ਜ਼ਿਆਦਾ ਤੇਜ਼ ਧੁੱਪ ਹੈ ਅਤੇ ਬਹੁਤ ਜ਼ਿਆਦਾ ਨਾ ਰੰਗ ਚਿੱਟਾ ਵੀ ਕਰਨ ਲੱਗੀ ਹੈ ਇਸ ਵਜ੍ਹਾ ਤੋਂ। ਹੁਣ ਗਾਰਿਆ ਥੋੜ੍ਹੀ ਦੇਰ ਰੈਸਟ ਕਰ ਸਾ ਸੇਸਾਂ, ਅੱਧਾ ਘੰਟਾ ਫਿਰ ਉੱਠ ਗਿਆ ਤੁਸਾਂ ਕੀ, ਬਾਕੀ ਕੰਮ ਇਨਸ਼ਾਅੱਲਾ ਸ਼ਾਮੀ ਤੱਕ ਦੱਸਾਂ। ਇਹ ਸਾਰੇ ਕੀ ਇੱਕ ਇੱਕ ਨੱਟ ਜਿਹੜਾ ਵੈ ਨਾ ਲਾਉਣਾ ਵੈ ਇਹ ਡਰਿੱਲ ਮਸ਼ੀਨਾਂ ਦੇ ਨਾਲ, ਉਹ ਇਸ ਵਜ੍ਹਾ ਤੋਂ ਕਿ ਝੱਖੜ ਜਿਲ੍ਹਾ ਇੱਥੇ ਜ਼ਹਿਰੀ ਗੱਲ ਹੈ, ਅਗਰ ਬਾਂਸ ਜੁਆਇੰਟ ਨਾ ਹੋਏ ਇਸ ਨੇ ਨਾਲ ਮੈਨ ਬਾਂਸਾਂ ਦੇ ਨਾਲ ਤਾਂ ਇਹ ਉੱਡ ਰਹੇ ਅੱਛਾ ਤੋਂ ਵਿੱਚ ਡੈਮਾਂ ਨੇ ਜਾ ਸੀ, ਤਾਂ ਰੋਜ਼ ਇਹ ਕੰਮ ਕਰਨਾ ਬੜਾ ਹਾਰਡ ਹੋਈ ਜਾਣਾ ਸਾਡੇ ਤੇ। ਇਸ ਵਜ੍ਹਾ ਤੋਂ ਹੁਣ ਅਸਾਂ ਵਨ ਬਾਈ ਵਨ ਕਰੀਏ ਬਾਂਸ ਜੋੜਨੇ ਜਾ ਸਾ ਤੁਸੀਂ ਦੱਸਦੇ ਹਾਂ। ਅੱਜ ਦੀ ਵੀਡੀਓ ਜਨਾਬ ਮੈਂ ਕੋਲੈਬ ਕਰ ਰਿਹਾ ਟੈਪ ਟੈਪ ਸੈਂਡ ਐਪ ਦੇ ਨਾਲ, ਜਿਹੜੇ ਵੀ ਮਾੜੇ ਵਿਊਵਰਸ ਹੈ ਇਹਨਾਂ ਕੰਟਰੀਜ਼ ਦੇ ਵਿੱਚੋਂ ਮਾੜੇ ਚੈਨਲ ਕੀ ਤੱਕਣ ਲੱਗੇ ਹੋ ਇਸ ਟਾਈਮ, ਤੁਸੀਂ ਆਪਣੇ ਪਿਆਰਿਆਂ ਕਿ ਇਸ ਐਪ ਦੇ ਥਰੂ ਘਰ ਬੈਠੇ ਹੋ ਜਨਾਬੇ ਵਾਲਾ ਪੈਸੇ ਸੈਂਡ ਕਰੀ ਸਕਦੇ ਹੋ, ਔਰ ਅਗਰ ਤੁਸੀਂ ਮਾੜਾ ਪ੍ਰੋਮੋ ਕੋਡ ਯੂਜ਼ ਕਰ ਸੋ ਕਸ਼ਮੀਰ ਟੀਵੀ ਨੇ ਨਾ ਦੂ ਤਾਂ ਤੁਸੀਂ ਕੀ 10 ਪਾਉਂਡ ਫ੍ਰੀ ਲੱਭ ਸਣ। ਵਨ ਬਾਈ ਵਨ ਕਰੀਏ ਤਾਂ ਕੋਹਾਂ ਜੋੜਨ ਲੱਗੇ ਹਾਂ ਇੱਧਰੋਂ, ਸਾਰੇ ਬਾਂਸ ਕਿਤਨੇ ਪਿਆਰੇ ਔਰ ਖੂਬਸੂਰਤ ਅੰਦਾਜ਼ ਵਿੱਚ ਪਏ ਮਾਸ਼ਾਅੱਲਾ ਜੁੜਨ ਲੱਗੇ ਹੋਏ ਨੇ। ਜਿਤਨਾ ਗੈਪਸ ਕੱਟ ਹੋ ਸੀ ਇਹਨਾਂ ਦੇ ਵਿੱਚ ਉਤਨਾ ਜ਼ਿਆਦਾ ਸੌਖਾ ਇਹਨਾਂ ਦੇ ਵਿੱਚ ਗਾਰਾ ਖਲ ਸੀ ਸਾਡਾ, ਰੋਜ਼ੇ ਨਾਲ ਬਿਲਕੁਲ ਐਂਡ ਹੋਈ ਵੀ ਹੈ ਜਨਾਬ, ਤਾਂ ਹੁਣ ਨਸਾਂ ਘਰੇ ਤਾਂ ਕਿਆ ਗਿਆ, ਇਸ ਤੋਂ ਪਹਿਲੇ ਕਿ ਢਹੀ ਪਾਵਾਂ ਅਸਾਂ ਬੇਹੋਸ਼ ਹੋਈ ਗਿਆ ਇੱਥੇ, ਤਾਂ ਮੈਂ ਨਾ ਚਾਹਣਾ ਕਿ ਇੱਥੇ ਸਾ ਬੇਹੋਸ਼ ਹੋ, ਘਰ ਜਾ ਕੇ ਬੇਹੋਸ਼ ਹੋ ਸਾਂ, ਇੱਥੋਂ ਇਨਸ਼ਾਅੱਲਾ ਅਰਲੀ ਮੋਰਨਿੰਗ ਕੀ ਕੰਟੀਨਿਊ ਕਰ ਸਾਂ ਵੀਡੀਓ, ਤਾਂ ਸਵੇਲੇ ਸਵੇਲੇ ਸਭ ਬਿਲਕੁਲ ਸਵੇਲੇ ਸਵੇਲੇ ਇਸਕੀ ਫੁੱਲ ਐਂਡ ਫਾਈਨਲ ਕਰਨੇ ਤਾਂ ਇਨਸ਼ਾਅੱਲਾ। ਵੈਲਕਮ ਜੀ, ਅੱਜ ਦਿਹਾੜਾ ਦੂਆ ਤਾਂ ਇਸ ਲਈ 12:00 ਨਾ ਟਾਈਮ ਹੋਈ ਗਿਆ ਵੈ, ਅੱਜ ਫਿਰ ਕਿਹਾ ਸਾ ਨਾ ਅੱਜ ਡਰਿੱਲ ਲੱਗੀ ਹੈ, ਕੱਲ੍ਹ ਆ ਰਹੀ ਅੰਗਲ ਕੱਪੇ ਸੀ ਆਏ ਤੱਕ ਉਹਨੇ ਇੱਧਰ ਪਲਸਤਰ ਕੀਤੇ ਆ ਵੈ ਮਸਲ ਫਾਫੇ ਬੱਧੇ ਚਾਹੀ ਕੇ, ਤਾਂ ਇੱਕ ਸਾਈਡੂ ਬੜਾ ਸੋਹਣੇ ਅੰਦਾਜ਼ ਵਿੱਚ ਨਾ ਸਾਰੇ ਕੀ ਕਿੱਲ ਲਾਏ, ਜਿਹੜੀ ਮੈਨ ਇਸ ਨਹੀਂ ਆਈ ਰਹੀ ਸੀ ਨਾ ਲੱਕੜ ਉਹ ਸਾਰੀ ਕੀ ਕਿੱਲ ਲਾਇਆ ਕਿ ਛੱਤ ਉੱਡ ਰਿਹਾ ਨਾ, ਇਸ ਸਾਈਡੂ ਲੱਗੀ ਗਿਆ ਵਾ ਤਾਂ ਹੁਣ ਇਸ ਸਾਈਡੂ ਅਗਰ ਅਸੀਂ ਉੱਥੇ ਤੱਕੋ ਨਾ ਤਾਂ ਇਹ ਸਾਈਡ ਵਾਲੇ ਮੁਕੰਮਲ ਰਹੀ ਗਈ ਆ, ਹੁਣ ਇਸ ਸਾਈਡ ਕੀ ਲਾਉਣੇ ਆ ਮੁਕੰਮਲ ਕਰਕੇ ਉੱਥੇ ਥੱਲੂ ਜਨਾਬ ਵਾਲਾ ਵਿਊ ਕਰਾਸਾਂ, ਔਰ ਅੱਗੇ ਵੀ ਦੱਸਾਂ ਕਿ ਮਜ਼ੀਦ ਇਸ ਪਰ ਕਿਹੜਾ ਕੰਮ ਹੋਰ ਕੀਤਾ ਜਾ ਸੀ। ਸਿੱਧੀ ਲੱਗਣੀ ਐਵੇਂ ਕੀ
ਸ਼ਾਦਾ ਤੱਕੋ ਹਾਂ ਅਸਾਂ ਕੱਟੀ ਕਹਿ ਦੇ ਕਿ ਬਾਂਸ ਕਿਸ ਤਰ੍ਹਾਂ ਬਰਾਬਰ ਕੀਤਾ ਤਾਂ ਕਿ ਇਹਦੀ ਖੂਬਸੂਰਤੀ ਜਿਹੜੀ ਆ ਨਾ ਬਹੁਤ ਹੀ ਜ਼ਿਆਦਾ ਹੈ। ਮਾਸ਼ਾਅੱਲਾ ਜੀ ਹੁਣ ਤੱਕ ਹਾਂ ਫੁੱਲ ਐਂਡ ਫਾਈਨਲ ਇਹ ਛੱਤ, ਮਤਲਬ ਫਾਈਨਲ ਨਹੀਂ ਹੋਇਆ ਲੇਕਿਨ ਬਾਂਸ ਐਟਲੀਸਟ ਜਿਹੜਾ ਨਾ ਇਸਨੇ ਉੱਪਰ ਦਵਾਂ ਸਾਈਡੂ ਕਿਤਨੇ ਹੀ ਖੂਬਸੂਰਤ ਅੰਦਾਜ਼ ਹੀ ਨਜ਼ਰ ਮਾਰੋ ਹਾਂ ਬਰਾਬਰ ਕਰਕੇ ਬਾਂਸ ਲਾਏ। ਹੁਣ ਇਸਨੇ ਵਿੱਚ ਨਾ ਜਿਹੜਾ ਇਸਕੀ ਲਾਣਾ ਵਾ ਅਸਾਂ ਗਾਰਾ, ਜਿਹੜੇ ਇਸਨੇ ਗੈਪਸ ਨਾ ਉਹ ਫਿੱਲ ਹੋ ਜਾਣ। ਮੈਂ ਇੱਕ ਵਾਰ ਥੱਲੇ ਜੁਲਣਾ ਤਾਂ ਤੁਸੀਂ ਕਿ ਪੂਰਾ ਵਿਊ ਕਰਾਉਣਾ। ਮੈਂ ਸਮਝਣਾ ਕਿ ਕੇਵ ਹਾਊਸ ਨਹੀਂ ਸ਼ੀਸ਼ੇ ਨਾਲੋਂ ਜ਼ਿਆਦਾ ਰੌਣਕ ਹੈ ਨਾ ਇਹ ਹੁਣ ਬਣਤੀ ਹੈ ਇਸ ਛੱਤਾਂ ਨੇ ਡਿਜ਼ਾਈਨ ਨਹੀਂ ਵਜਾ ਤੋਂ ਨਜ਼ਰ ਮਾਰੋ ਹਾਂ। ਹੁਣ ਮੈਂ ਕੇਵ ਹਾਊਸ ਨੇ ਅੰਦਰ ਜੁਲਣਾ ਵਾਂ ਤਾਂ ਤੁਸਾਂ ਕਿ ਦੱਸਣਾ ਵਾਂ। ਹੁਣ ਉਮੀਦ ਹੈ ਕਿ ਇਸ ਤੋਂ ਬਾਅਦ ਜਿਹੜਾ ਵਾ ਨਾ ਕੇਵ ਛੱਤ ਜਿਹੜਾ ਇਹ ਨਹੀਂ ਤਰੁੱਟਣ ਲਾ, ਅਤੇ ਜੇ ਹੁਣ ਫਿਰ ਤਰੁੱਟਾ ਤਾਂ ਇਸਦਾ ਮਤਲਬ ਆ ਇੱਥੇ ਕੋਈ ਬਹੁਤ ਬੜੀ ਚੀਜ਼ ਹੈ ਜਨਾਬ ਵਾਲਾ। ਅੰਦਰ ਜੁਲਨੇ ਆ ਨਾ ਜ਼ਰਾ ਤੁਹਾਨੂੰ ਅੰਦਰੋਂ ਵਿਊ ਕਰਾਉਣੇ ਆ ਪਰ ਰੋਸ਼ਨੀ ਕਿਤਨੀ ਹੈ ਤਾਂ ਕਿਤਨੀ ਨਹੀਂ ਹੈ ਤਾਂ ਕੋ ਫੁੱਲ ਰੋਸ਼ਨੀ ਹੈ ਉਸੇ ਤਰ੍ਹਾਂ। ਤਾਂ ਇਹ ਜਿਹੜੀਆਂ ਸੀੜਾਂ ਸ਼ੀੜਾਂ ਨਾ ਇਹ ਖਤਮ ਹੋ ਜਾ ਸਾਨੂੰ ਨਜ਼ਰ ਮਾਰੋ ਹਾਂ। ਇਹ ਛੱਤ ਹੈ ਜਨਾਬ ਇਹਦਾ, ਇਹ ਛੱਤ ਹੈ ਪੂਰਾ ਬਾਂਸਾ ਨਾ ਤੱਕ ਉਹ ਕਿਤਨਾ ਖੂਬਸੂਰਤ ਉੱਪਰ ਲੱਗਣਾ ਔਰ ਰੋਸ਼ਨੀ ਵੀ ਆਈ ਰਹੀ ਹੈ। ਹੁਣ ਕਿਆ ਵਾ ਕਿ ਇਸਨੇ ਉੱਪਰ ਗਾਰਾ ਲੱਗ ਸੀ ਨੇ ਜਿਹੜੇ ਇਸਨੇ ਸੁਰਾਖ ਹਣੇ ਖਤਮ ਹੋਈ ਜਾ ਸਨ ਤਾਂ ਫਿਰ ਜਨਾਬ ਵਾਲਾ ਇੱਥੇ ਨਜ਼ਰ ਮਾਰੋ ਹਾਂ ਗਾਰਾ 'ਚ ਕਿਤਨਾ ਹੀ ਮਜ਼ਾ 'ਚ ਸੀ ਬਹਿਣੇ ਨਾ। ਹੁਣ ਇੱਕ ਵਾਰੀ ਇਹ ਹੈ ਕਿ ਅਸੀਂ ਫਿਰ ਸੈਟਿੰਗ ਕਰਨੀ ਪਈ ਸੀ ਸਾਰੀ ਨਹੀਂ। ਤੁਸੀਂ ਸਾਰੇ ਇਸ ਬਾਰੇ 'ਚ ਕਿਆ ਸੁਜੈਸਟ ਕਰਨੇ ਹੋ ਕਿ ਗਾਰਾ ਇਸਨੇ ਉੱਪਰ ਲੱਗੀ ਗਿਆ ਤਾਂ ਕਿਤਨਾ ਇਹ ਖੂਬਸੂਰਤ ਹੋ ਜਾ ਸੀ ਪੂਰਾ ਇੱਕ ਸਮਝੋ ਬਾਈ ਗਾਰ ਤਾਂ ਹੀ ਮਿੱਟੀ ਨੇ ਅੰਦਰ ਰਹਿਣਾ ਤਾਂ ਇਹ ਉੱਪਰੋਂ ਛੱਤ ਵੀ ਮਿੱਟੀ ਲਈ ਬਣੀ ਜਾ ਸੀ ਔਰ ਖੂਬਸੂਰਤ ਵੀ ਮਾਸ਼ਾਅੱਲਾ ਸੀ ਇਸ ਛੱਤੀ ਤੱਕ ਹੀ ਕਿਆ। ਤੁਸੀਂ ਜ਼ਰੂਰ ਮੈਂ ਕੀ ਕਮੈਂਟ ਕਰੀ ਦੱਸੀ ਹੈ ਕਿ ਕੀ ਹੈ ਜੇ ਜਨਾਬ ਤੁਸੀਂ ਫੀਲ ਕਰੀ ਰਹੇ ਹੋ ਬਾਈ ਇਹ ਜਿਹੜਾ ਡਿਜ਼ਾਇਨ ਅਸਾਂ ਬਣਾਇਆ ਵਾ ਕੈਸਾ ਵੈ। ਗਰਮੀ ਦੀ ਵਜ੍ਹਾ ਤੋਂ ਉਸ ਤਰ੍ਹਾਂ ਨਾ ਮਤਲਬ ਅਸਾਂ ਕੋਈ ਕੰਮ ਨਾ ਕਰੀ ਸਕੇ ਪਲੱਸ ਰਮਜ਼ਾਨ ਸ਼ਰੀਫ ਨਾ ਅੱਜ ਨਤੀਆਂ ਰੋਜ਼ਾ ਜਨਾਬ ਵਾਲਾ ਆਖਰੀ ਸ਼ਾਇਦ ਰੋਜ਼ਾ ਹੋਵੇ ਤਾਂ ਐਡਵਾਂਸ ਜਨਾਬ ਸਭਾਂ ਕੀ ਈਦ ਮੁਬਾਰਕ ਅਰਫਾਨ ਜ਼ਫਰ ਦੀ ਤਰਫੋਂ ਤਾਂ ਅੱਲਾ ਪਾਕ ਖੈਰ ਕੀਤੀ। ਤਾਂ ਜੇ ਕੱਲ੍ਹ ਤਰੀਆਂ ਰੋਜ਼ਾ ਹੋਇਆ ਤਾਂ ਫਿਰ ਗਾਰੇ ਲਈ ਵੀਡੀਓ ਦੱਸਾਂ ਤਾਂ ਨਾ ਹੋਇਆ ਤਾਂ ਫਿਰ ਜਨਾਬ ਈਦੀ ਲਈ ਵੀਡੀਓ ਦੱਸਾਂ ਕਿ ਦੱਸਾਂ। ਤਾਂ ਆਪਣੀਆਂ ਦੁਆ 'ਚ ਰੱਖਿਆ ਯਾਦ ਜਨਾਬ ਜਿੱਥੇ ਵੀ ਦੁਨੀਆਂ ਨੇ ਕੋਨੇ 'ਚ ਉਸਲੇ ਤੱਕੀ ਰਹੋ ਸਭਾਂ ਵਾਸਤੇ ਪਿਆਰ ਸਲਾਮ ਦੁਆ ਸਭਾਂ ਕਿ ਅੱਲਾ ਪਾਕ ਸਲਾਮਤ ਰੱਖਿਆ ਅਤੇ ਮਿਕੀ ਵੀ ਆਪਣੀ ਦੁਆ ਜਨਾਬ ਯਾਦ ਰੱਖਿਆ। ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ।